सत श्री अकाल जी, तुसी वेख रहे हो दा मसला ते मैं हां सर्व मित्र और अज साडे नाल ने राज काकड़ा साहब। और राज काकड़ा साहब नूं तुसी चंगी तरह जानदे हो, बहुत अच्छे लिखारी ने और एक्टर भी ने। तुसी कई पंजाबी फिल्मों में इन्हां नूं देखिया है और खासकर जिहड़ा इह लिखदे ने और उन्हूं तुसी अच्छे तरीके नाल जानदे हो। काकड़ा साहब, तुसी अज पहुंचे हो टिकरी बॉर्डर ते, की देख रहे हो, मतलब की सोच के इत्थे आए हो और तुसी इत्थे आके की वेख रहे हो, की महसूस कर रहे हो? मैं पिछले 3 दिनों तो अंदोलन दे विच आ, 2 दिन असी अपने दूसरे कुंडली वाले बॉर्डर ते सीगे ते मैं समझदा कि ये एक इतिहास सिरजिया जा रहा आ, असी इहदे गवाह आ, असी इस नूं अखां दे नाल अपनियां वेख रहे हाँ। कुछ लोग घरां दे विच टीवी ते वेख रहे आ, फोनां ते वेख रहे आ। मैं अपने वल्लों उहनां नूं बेनती जरूर करदा हाँ कि इस इतिहासक पलां दे गवाह बणो आप। ਇਹ ਇੱਕ ਇਤਿਹਾਸ ਤਾਂ ਬਣ ਹੀ ਚੁੱਕਿਆ ਕਿ ਐਡਾ ਵੱਡਾ ਅੰਦੋਲਨ ਨਾ ਦੁਨੀਆ ਦੇ ਵਿੱਚ ਹੋਇਆ ਤੇ ਨਾ ਸ਼ਾਇਦ ਹੋਣਾ ਆ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੇ ਨਾਲ ਨਾਲ ਪੰਜਾਬ ਨੇ ਸ਼ੁਰੂਆਤ ਕੀਤੀ, ਅੱਜ ਹਰਿਆਣਾ ਹੋਰ ਸਟੇਟਾਂ ਵੀ ਸਾਡੇ ਨਾਲ ਆਈਆਂ ਆ। ਇਸ ਬਾਰਡਰ ਤੇ ਆ ਕੇ ਪਤਾ ਲੱਗਦਾ ਕਿ ਹਰਿਆਣੇ ਤੋਂ ਮੇਰੇ ਵੀਰ ਕਿੰਨੀਆਂ ਸੰਸਥਾਵਾਂ, ਹਰ ਇੱਕ ਵਰਗ। ਮੈਂ ਕਹਿੰਦਾ ਇਹ ਉਹਦਾ ਪ੍ਰੋਟੈਸਟ ਆ ਜਿਹੜਾ ਬੰਦਾ ਫੂਡ ਖਾਂਦਾ ਆ। ਜੇ ਕੋਈ ਅਨਾਜ ਅਨਾਜ ਦੀ ਇੱਕ ਗ੍ਰਾਈ ਲੈ ਰਿਹਾ ਹੈ, ਅਨਾਜ ਦਾ ਇੱਕ ਨਵਾਲਾ ਖਾ ਰਿਹਾ ਹੈ, ਤਾਂ ਉਹਦਾ ਪ੍ਰੋਟੈਸਟ ਆ। ਜੇ ਅਸੀਂ ਹੁਣ ਨਾ ਉੱਠੇ ਤਾਂ ਫਿਰ ਇਹ ਜਿਹੜੇ ਕਾਰਪੋਰੇਟ ਅਦਾਰੇ ਆ, ਸਰਕਾਰਾਂ ਇਹਨਾਂ ਦੀ ਕਠਪੁਤਲੀ ਬਣ ਚੁੱਕੀਆਂ ਆ, ਤਾਂ ਸਾਨੂੰ ਇਹਨਾਂ ਨੇ ਖਤਮ ਕਰਨ ਦੇ ਕਿਨਾਰੇ। ਤੇ ਮੈਂ ਇੱਕ ਹੋਰ ਵੇਖਿਆ ਕਿ ਇੱਕ ਜਿਹੜੀ ਭਾਈਚਾਰਕ ਸਾਂਝ ਜਿਹੜੀ ਜਿਹੜੀ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਖੇਰੂ ਖੇਰੂ ਕੀਤੀ ਹੋਈ ਸੀਗੀ, ਉਹ ਭਾਵੇਂ ਹਿੰਦੂ ਸਿੱਖ ਦੀ ਹੋਵੇ, ਭਾਵੇਂ ਪੰਜਾਬ ਹਰਿਆਣੇ ਦੇ ਨਾਂ ਤੇ ਹੋਵੇ, ਬੜੇ ਰੰਗਾਂ ਦੇ ਇਹਨਾਂ ਨੇ ਸਾਡੇ ਵਿੱਚ ਵਖਰੇਵੇਂ ਪਾਏ ਹੋਏ ਆ ਥਾਂ ਥਾਂ ਤੇ। ਉਹ ਅੱਜ ਜਦੋਂ ਇੱਥੇ ਰੰਗ ਤੁਸੀਂ ਮਾਹੌਲ ਵੇਖਦੇ ਆ ਤਾਂ ਮਨ ਨੂੰ ਸਕੂਨ ਹੁੰਦਾ ਆ ਕਿ ਅੱਜ ਇਹ ਸਾਂਝੀ ਲੜਾਈ ਸਾਂਝੇ ਸਾਰੇ ਲੋਕ ਰਲ ਕੇ ਲੜ ਰਹੇ ਆ। ਕਾਕੜਾ ਸਾਹਿਬ, ਸਦੀਆਂ ਬਾਅਦ ਇਹੋ ਜਿਹਾ ਅੰਦੋਲਨ ਦੇਖਣ ਨੂੰ ਮਿਲਦਾ ਹੈ ਔਰ ਮੈਂ ਖੁਦ ਦੇਖ ਰਿਹਾ ਜਿਹੜਾ ਜੋਸ਼ ਹੈ ਕਿਸਾਨਾਂ ਦੇ ਵਿੱਚ, ਜਿੱਦਾਂ ਤੁਸੀਂ ਭਾਈਚਾਰੇ ਦੀ ਗੱਲ ਕੀਤੀ ਹੈ। ਮੈਂ ਅੱਜ ਦੇਖ ਰਿਹਾ ਸੀ ਕਿ ਹਰਿਆਣਾ ਦੇ ਕਿਸਾਨ ਸਾਗ ਲੈ ਕੇ ਆਏ ਆ, ਪੰਜਾਬ ਦੇ ਕਿਸਾਨ ਉਹਨੂੰ ਤੜਕਾ ਲਾ ਰਹੇ ਆ ਔਰ ਦੋਨੋਂ ਮਿਲ ਬੈਠ ਕੇ ਖਾ ਰਹੇ ਆ। ਤੁਹਾਨੂੰ ਲੱਗਦਾ ਗੱਲ ਬਣੂਗੀ ਕਿ ਹਰਿਆਣਾ ਪੰਜਾਬ ਦਾ ਕਿਸਾਨ ਇਕੱਠਾ ਹੋ ਗਿਆ, ਹੋਰ ਸਟੇਟਾਂ ਦੇ ਲੋਕ ਆ ਰਹੇ ਆ, ਤੁਹਾਨੂੰ ਲੱਗਦਾ ਜਿਹੜਾ ਜੋਸ਼ ਹੈ, ਜਿਹੜਾ ਭਾਈਚਾਰਾ ਹੈ ਜਾਂ ਜਿੰਨੀ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਆ ਗਏ ਨੇ, ਗੱਲ ਬਣੂਗੀ? ਗੱਲ ਬਣੂਗੀ ਨਹੀਂ, ਗੱਲ ਬਣ ਚੁੱਕੀ ਆ। ਸਰਕਾਰ ਜੇ ਡਿਲੇ ਕਰ ਰਹੀ ਆ, ਕੁਝ ਰੀਜ਼ਨ ਹੋ ਸਕਦੇ ਆ, ਪਰ ਮੈਨੂੰ ਲੱਗਦਾ ਕਿ ਜਿਹੜਾ ਧੌਣ ਦੇ ਉੱਪਰ ਇਹਦੇ ਜ਼ਾਲਮ ਸਰਕਾਰ ਦੇ ਗੋਡਾ ਦੇ ਦਿੱਤਾ ਆ, ਤਾਂ ਇਹਦੀ ਸਾਹ ਹੁਣ ਕੱਲ੍ਹ ਨੂੰ ਹੋਰ ਵੀ ਟਾਈਟ ਹੋ ਜਾਣਾ ਆ, ਕਿਉਂਕਿ ਜਿਹੜੇ ਟਰੱਕਾਂ ਵਾਲੇ ਵੀਰ ਆ ਸਾਡੇ ਟਰਾਂਸਪੋਰਟ ਇੰਡੀਆ ਦੀ, ਉਹ ਚੱਕਾ ਜਾਮ ਕਰਨ ਜਾ ਰਿਹਾ, ਹੋਰ ਵੀ ਸੰਸਥਾਵਾਂ ਜਿਹੜੀਆਂ ਆ ਉਹ ਸਾਡੇ ਨਾਲ ਕਿਸਾਨਾਂ ਦੇ ਨਾਲ ਜੁੜ ਰਹੀਆਂ ਆ। ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਅੱਜ ਜਿਹੜੀ 3 ਤਰੀਕ ਆ, ਅੱਜ ਮੀਟਿੰਗ ਹੈਗੀ ਕਿਸਾਨਾਂ ਦੀ ਇਹਨਾਂ ਦੇ ਨਾਲ, ਅੱਜ ਤੋਂ ਬਾਅਦ ਕਾਫੀ ਗੱਲਾਂ ਕਲੀਅਰ ਹੋ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜਾ ਸਾਹ ਆ ਹੋਰ ਵੀ ਇਹਨਾਂ ਦਾ ਟਾਈਟ ਹੋ ਜਾਣਾ ਆ। ਤਾਂ ਇਹਨਾਂ ਨੂੰ ਮਜਬੂਰ ਤਾਂ ਹੋ ਚੁੱਕੀ ਆ ਸਰਕਾਰ, ਇਹਨਾਂ ਨੇ ਪੰਗਾ ਤਾਂ ਪੁੱਠਾ ਲਿਆ ਕਿਸਾਨ ਦੇ ਨਾਲ, ਤੇ ਇਹ ਤੁਸੀਂ ਜਿੱਤ ਤਾਂ ਮੈਂ ਤਾਂ ਕਹਿੰਦਾ ਕਿ ਸਾਡੀ ਜਿੱਤ ਹੋ ਚੁੱਕੀ ਆ, ਠੀਕ ਹੈ, ਬੜੀਆਂ ਜਿੱਤਾਂ। ਜਿਵੇਂ ਭਾਈਚਾਰਕ ਤੁਹਾਨੂੰ ਕਿਹਾ ਵੀ ਅਸੀਂ ਦੁਬਾਰਾ ਉਹ ਸਾਂਝ ਵੇਖ ਰਹੇ ਹਾਂ, ਉਹ ਮੁਹੱਬਤ ਵੇਖ ਰਹੇ ਹਾਂ ਲੋਕਾਂ ਦੇ ਵਿੱਚ। ਇੱਕ ਜਿਹੜਾ ਸਰਕਾਰ ਵੱਲੋਂ ਐਲਾਨ ਆ ਉਹ ਵੀ ਇੱਕ ਦੋ ਦਿਨ ਹੋ ਜਾਊਗਾ ਜੀ। ਚਾਰ ਲੈਣਾ ਤੁਸੀਂ ਲਿਖਦੇ ਬਹੁਤ ਵਧੀਆ, ਉਹ ਚਾਰ ਲੈਣਾ ਇਸ ਸੰਘਰਸ਼ ਤੇ ਮੈਂ ਚਾਹਾਂਗਾ, ਇਸ ਅੰਦੋਲਨ ਤੇ ਮੈਂ ਚਾਹਾਂਗਾ ਤੁਹਾਡੇ ਵੱਲੋਂ। ਹਾਂਜੀ ਬਾਪੂ ਜੀ, ਇਸ ਕਿਸਾਨ ਅੰਦੋਲਨ ਤੇ ਮੈਂ ਕਿਸਾਨਾਂ ਤੇ ਮੈਂ ਕਰੰਟ ਇਸ਼ੂ ਤੇ ਮੈਂ ਬੜੇ ਗਾਣੇ ਕੀਤੇ ਆ, ਪਰ ਇਸ ਚਾਰ ਇੱਕ ਲੈਣਾ ਤੁਹਾਡੀ ਮੈਂ ਨਜ਼ਰ ਕਰਦਾ ਆ ਕਿ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਹੈ, ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਹੈ, ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਹੈ, ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਹੈ। ਧੰਨਵਾਦ। ਕਿਆ ਬਾਤ ਹੈ, ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਹੈ। ਕਾਕੜਾ ਸਾਹਿਬ, ਅਸੀਂ ਵੇਖ ਰਹੇ ਹਾਂ ਕਿ ਇਹ ਜਿਹੜਾ ਅੰਦੋਲਨ ਵਰਲਡਵਾਈਡ ਹੋ ਗਿਆ, ਹੁਣ ਦੂਸਰੇ ਦੇਸ਼ਾਂ ਦੀ ਮੀਡੀਆ ਇੱਥੇ ਪਹੁੰਚ ਗਈ ਹੈ, ਦੂਸਰੇ ਦੇਸ਼ਾਂ ਦੀ ਸੰਸਦ ਵਿੱਚ ਇਹਦੇ 'ਤੇ ਯਾਨੀ ਵਿਚਾਰ ਵਿਮਰਸ਼ ਹੋ ਰਿਹਾ। ਮੈਂ ਵੇਖ ਰਿਹਾ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲ ਰਿਹਾ, ਉੱਥੇ ਦੇ MP ਬੋਲ ਰਹੇ ਨੇ, ਮੈਂ ਵੇਖਿਆ ਅੱਜ USA 'ਚ ਲੋਕ ਇਹਦੇ ਪੱਖ ਵਿੱਚ ਕਰ ਰਹੇ ਨੇ, ਕੱਢ ਰਹੇ ਨੇ ਰੈਲੀਆਂ, ਕੱਢ ਰਹੇ ਨੇ, ਕਿੱਦਾਂ ਲੱਗਦਾ ਤੁਹਾਨੂੰ? ਬੜੀ ਖੁਸ਼ੀ ਹੈ ਕਿ ਦੁਨੀਆ ਦੇ ਤਕਰੀਬਨ ਸਾਰੇ ਕੰਟਰੀਆਂ ਦੇ ਵਿੱਚ ਸਾਨੂੰ ਕਿਸਾਨਾਂ ਨੂੰ ਇਸ ਅੰਦੋਲਨ ਨੂੰ ਸਮਰਥਨ ਮਿਲਿਆ ਆ। ਈਵਨ ਟਰੂਡੋ ਹੋਰਾਂ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਹੋਰਾਂ ਵੀ ਅਸੈਂਬਲੀਆਂ ਦੇ ਵਿੱਚ, ਪ੍ਰੋਵਿੰਸਾਂ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਨੇ ਮਤੇ ਪਾ ਕੇ ਕਿਸਾਨ ਉਹ ਹੈਰਾਨ ਨੇ ਲੋਕ
कि यह सरकार किदां दे फैसले लै रही है अपने लोगों के लिए, वो लोग हैरान ने क्योंकि यह सरकार ने पहले भी लोगों के विरुद्ध इदा के फैसले ले आ कि जी कोई भी डेमोक्रेसी के फैसले नहीं ले सकती सरकार, पर जिदा हुण समर्थन सानू मिल रहा आ। पर एक मीडिया का मैनू एक रंज हैगा आ कि जिहड़ा नैशनल साडा मीडिया आ उह साडियां पॉजिटिव चीज़ां नू भी नैगेटिव शो कर रहा आ। मैं कहना कि रब दे वास्ते किते आके तो देखो इत्थे, है ना भी तुसीं भी रोटी खांदे हो, कहते शर्म करो। किसानां ने हिंदुस्तान का ढिड भरिया, खास करके पंजाब हरियाणा जिहड़ी बैल्ट आ 70 साल हिंदुस्तान का ढिड भरिया, किरत करो, इन्ने किरत घन ना बनो, कुछ तो शर्म करो। किसानों के वल वेखो, अज साड़िया 90-90 साल बाहां सड़कों पर बैठिया, साढ़े प्यो 90-90 साल के सड़कों पर बैठे, 5-5 साल के बच्चे सड़कों पर बैठे आ, है जी 4 महीने हो गए सानू मोर्चों पर बैठिया। तो जिहड़ा मीडिया साड़ी तस्वीर पेश कर रहा आ बहुत गलत पेश कर रहा है, खास करके नैशनल मीडिया, एक दो चैनल छड़ के जिहड़े चैनल कवर कर रहे हैं साड़ी इस मूवमेंट नू, इस अंदोलन नू, उन्होंने सल्यूट करते हैं। तो जिहड़े सानू नैगेटिव पेश कर रहे हैं तो उन्होंने रज के लानत भी पाउणे उन्होंने कि बंदे बनो, बंदे बनो, लोगों के बिना तुहाडा गुजारा नहीं होना। सुनिया तुसीं रज के लाना थे उन्होंने जिहड़े नैगेटिव तरीके नाल पेश करते हैं। और काकड़ा साहब ने बड़ी वड्डी गल की कि जित तो हासिल हो गई है, उम्मीद इन्हों बहुत है कि जिहड़ा इत्थे लखां दी तादाद विच किसान आके बैठ गया है और पूरी दुनिया के चर्चा हो गया इस किसान अंदोलन का, तो मतलब जित हुण पक्की है। सो दोस्तों इस वीडियो तो तुसी भी अपने विचार जिहड़े हैगे वो रख देना कमेंट करके कि वीडियो तुहानू किदां दा लग्या है, और इस वीडियो नू ज़्यादा तो ज़्यादा शेयर करना है और द मसला चैनल नू तुसी सबसक्राइब कर लो। धन्यवाद, सत श्री अकाल।